सत श्रीकाल दोस्तों, मैं थोड़ा अपना भगवंत मान। पंजाब दे विच चोणां दा माहौल है, पर हर रोज जिस तरह दीआं घटनावां हो रही ने उह साडी भाईचारक सांझ नूं तोड़न दी इक गहरी साजिश लग रही है। कदे बेअदबियां, कदे लुधियाणे दे विच बंब ब्लास्ट, इह पंजाब दा माहौल खराब करन दी इक गहरी साजिश है। जांच होनी चाहीदी है कौन मास्टर माइंड ने। पर पंजाब दे लोक जिहड़े ने ਉਹ ਭਾਈਚਾਰਕ ਸਾਂਝ ਜਾਂ ਸੋਸ਼ਲ ਬੌਂਡਿੰਗ ਜਿਹੜੀ ਹੈ ਉਹ ਤੋੜਨ ਨਹੀਂ ਦਿੰਦੇ, ਉਹ ਟੁੱਟਣ ਨਹੀਂ ਦਿੰਦੇ। ਸੋ ਲੁਧਿਆਣੇ ਦੇ ਬੰਬ ਬਲਾਸਟ ਦਾ ਸਖ਼ਤ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕਰਦੇ ਹਾਂ। ਨਿੰਦਣਯੋਗ ਹੈ, ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ, ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ, ਅਤੇ ਨਾਲ ਨਾਲ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ कि आप भाईचारक सांझ कायम रखनी है। ये जिहड़े तत् ने जिहड़े इलैक्शन तो पहला इहो जिहा माहौल क्रिएट करते हैं उन्हां नूं आपां मूंह तोड़ो। सति श्री अकाल दोस्तों, मैं थोड़ा अपना भगवंत मान। पंजाब दे विच चोणां दा माहौल है, पर हर रोज जिस तरह दीआं घटनावां हो रही ने उह साडी भाईचारक सांझ नूं तोड़न दी इक गहरी साजिश लग रही है। कदे बेअदबियां, कदे लुधियाणे दे विच बंब ब्लास्ट, ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗਹਿਰੀ ਸਾਜਿਸ਼ ਹੈ। ਜਾਂਚ ਹੋਣੀ ਚਾਹੀਦੀ ਹੈ ਕੌਣ ਮਾਸਟਰ ਮਾਈਂਡ ਨੇ। ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਭਾਈਚਾਰਕ ਸਾਂਝ ਜਾਂ ਸੋਸ਼ਲ ਬੌਂਡਿੰਗ ਜਿਹੜੀ ਹੈ ਉਹ ਤੋੜਨ ਨਹੀਂ ਦਿੰਦੇ, ਉਹ ਟੁੱਟਣ ਨਹੀਂ ਦਿੰਦੇ। ਸੋ ਲੁਧਿਆਣੇ ਦੇ ਬੰਬ ਬਲਾਸਟ ਦਾ ਸਖ਼ਤ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕਰਦੇ ਹਾਂ। ਨਿੰਦਣਯੋਗ ਹੈ, ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ, ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ, ਅਤੇ ਨਾਲ ਨਾਲ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਿ ਆਪਾਂ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ। ਇਹ ਜਿਹੜੇ ਤੱਤ ਨੇ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਆਪਾਂ ਮੂੰਹ ਤੋੜੋ।